ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ हमने आते ही एंटी गैंगस्टर टास्क फोर्स बनाई। मैं अपनी फोर्स को बधाई देता हूं कि उन्होंने अपनी जान जोखिम में डालकर पता नहीं कितने घरों के चूल्हों की आग जो बुझने वाली थी उसको बचा लिया। मैं 3.25 करोड़ लोगों की सुरक्षा की गारंटी लेता हूं, मेरा काम है, क्योंकि मुझे इतना प्यार दिया आपने, इतना प्यार दिया, अब जिम्मेदारी मेरी है। आपने अपना फर्ज निभा दिया, अब फर्ज निभाने की बारी मेरी है। ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ AGTF ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ, ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ, ਪੰਜਾਬ ਚੋਂ ਹੋ ਰਿਹਾ ਅਪਰਾਧ ਦਾ ਸਫਾਇਆ। ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ। ਉਹ ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਹੈ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਉਹਨੇ ਸੱਚ ਬੋਲਿਆ ਜੋ ਬੋਲਿਆ।
ਦੇਖੋ ਸਹੀ ਆ, ਦਿੱਲੀ ਦੇ ਵਿੱਚ ਇੱਕ ਖਾਲਸਾ ਕਾਲਜ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੱਗ ਜਿਹੜੀ ਆ ਬਾਹਰੋਂ ਆਏ ਗੁੰਡਿਆਂ ਨੇ ਉਤਾਰੀ ਗਈ ਹੈ, ਉੱਥੇ ਲੜਕੀਆਂ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਅਤੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਸਾਬਤ ਕਰਦੀਆਂ ਨੇ ਕਿ ਉਹ ਨੇ ਸੱਚ ਬੋਲਿਆ ਜੋ ਬੋਲਿਆ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।